ਅੱਜ 10 ਫਰਵਰੀ ਦਾ ਦਿਨ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਸ਼ਹੀਦੀ ਦਿਨ ਹੈ। ਉਹ ਦਿਨ ਜਦੋਂ ਉਹਨਾਂ ਜੰਗ ਦੇ ਮੈਦਾਨ ਵਿੱਚ ਸੂਰਬੀਰਤਾ ਵਿਖਾਉਂਦੇ ਹੋਏ ਪਹਾਦਰੀ ਨਾਲ ਲੜਦਿਆਂ ਯੋਧਿਆਂ ਵਾਂਗ ਡਟ ਕੇ ਦੁਸ਼ਮਣ ਦਾ ਸਾਹਮਣਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਬਹਾਦਰਾਂ ਦੀ ਸੂਚੀ ਵਿੱਚ ਉਹਨਾਂ ਦਾ ਨਾਂ ਹਮੇਸ਼ਾ ਲਈ ਅਮਰ ਹੋ ਗਿਆ ਅਤੇ ਸਿੱਖ ਇਤਿਹਾਸ ਦਾ ਇੱਕ ਅਨਿਖੜਵਾਂ ਅੰਗਵੀ ਉਹ ਅਤੇ ਉਹਨਾਂ ਦਾ ਜੀਵਨ ਬਣਿਆ ਆਓ ਅੱਜ ਉਹਨਾਂ ਦੇ ਸ਼ਹੀਦੀ ਦਿਨ ਮੌਕੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਸੂਰਬੀਰਤਾ ਬਾਰੇ ਜਾਣਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਰ ਜੀਤੂ ਮੁਹੰਮਦ ਦੇ ਸਾਥੀ ਰਹੇ ਸੂਝਵਾਨ ਅਤੇ ਵਿਦਵਾਨ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜਨਮ 1785 ਈਸਵੀ ਨੂੰ ਪਿਤਾ ਸਰਦਾਰ ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੀਰ ਕੌਰ ਦੀ ਕੁੱਖੋਂ ਹੋਇਆ ਇਹ ਪਰਿਵਾਰ ਰਾਜਸਥਾਨ ਦੇ ਜੈਸਲਮੀਰ ਦੇ ਪੱਟੀ ਰਾਜਪੂਤਾਂ ਨਾਲ ਸੰਬੰਧਿਤ ਸੀ ਅਤੇ ਇਹਨਾਂ ਦੇ ਵਡੇਰੇ ਕਾਹਨ ਚੰਦ ਨੇ ਸਮੇਂ ਦੇ ਹਾਲਾਤ ਨੂੰ ਵੇਖਦੇ ਹੋਏ ਜਗਰਾਉਂ ਲਾਗੇ ਪਿੰਡ ਕੌਂਕੇ ਵਸਾਇਆ ਹਾਲਾਂਕਿ ਬਾਅਦ ਵਿੱਚ ਉਹਨਾਂ ਦਾ ਪਰਿਵਾਰ ਔਟਾਰੀ ਆਵਸਿਆ ਪਰ ਇਸ ਦੇ ਬਾਵਜੂਦ ਇਹਨਾਂ ਨੇ ਆਪਣੇ ਪੁਰਖਿਆਂ ਦੀ ਯਾਦ ਨਹੀਂ ਭੁਲਾਈ ਅਤੇ ਔਟਾਰੀ ਦੇ ਨੇੜੇ ਵੀ ਇਹਨਾਂ ਵੱਲੋਂ ਇੱਕ ਪਿੰਡ ਕੌਂਕੇ ਦੇ ਨਾਂ ਉੱਤੇ ਵਸਾਇਆ ਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਸਿੱਖ ਰਾਜ ਦੀ ਫੌਜ ਵਿੱਚ ਭਰਤੀ ਹੋਣ ਦਾ ਵਾਕਿਆਤ ਵੀ ਬੜਾ ਦਿਲਚਸਪ ਹੈ ਕਿਹਾ ਜਾਂਦਾ ਹੈ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਏ ਤਾਂ ਉਸ ਵੇਲੇ ਸਰਦਾਰ ਸ਼ਾਮ ਸਿੰਘ ਦੇ ਪਿਤਾ ਮਿਹਾਲ ਸਿੰਘ ਨੇ ਸ਼ੇਰੇ ਪੰਜਾਬ ਦੀ ਮੰਜੀ ਦਿਵਾਲੇ ਪ੍ਰਕਰਮਾ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਜਾਨ ਬਦਲੇ ਆਪਣੀ ਜਾਨ ਦੇਣ ਲਈ ਅਰਦਾਸ ਕੀਤੀ ਅਰਦਾਸ ਪ੍ਰਵਾਨ ਹੋਈ ਕੁਝ ਹੀ ਦਿਨਾਂ ਮਹਰੋਂ ਮਹਾਰਾਜਾ ਰਣਜੀਤ ਸਿੰਘ ਤਾਂ ਠੀਕ ਹੋ ਗਏ ਪਰ ਨਿਹਾਲ ਸਿੰਘ ਹੋਰੀ ਬਿਮਾਰ ਪੈ ਗਏ ਅਤੇ ਅਕਾਲ ਚਲਾਣਾ ਕਰ ਗਏ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਨਿਹਾਲ ਸਿੰਘ ਦਾ ਆਪਣੇ ਹੱਥੀ ਸੰਸਕਾਰ ਕੀਤਾ ਅਤੇ ਅੱਜ ਵੀ ਉਹ ਜਗ੍ਹਾ ਮੌਜੂਦ ਹੈ ਸ਼ੇਰੇ ਪੰਜਾਬ ਨੇ ਉਹਨਾਂ ਦੇ ਪੁੱਤਰ ਸ਼ਾਮ ਸਿੰਘ ਠਾਰੀ ਨੂੰ ਫੌਜ ਵਿੱਚ ਜਰਨੈਲ ਬਣਾ ਕੇ ਕਾਫੀ ਜ਼ਗੀਰ ਵੀ ਉਹਨਾਂ ਦੇ ਨਾਂ ਕੀਤੀ ਦੁਸ਼ਮਨਾ ਦੇ ਅੰਦਰ ਜਿਵੇਂ ਸਰਦਾਰ ਹਰੀ ਸਿੰਘ ਨਲੂਆ ਦਾ ਖੌਫ ਹੁੰਦਾ ਸੀ ਕੁਝ ਕੁਝ ਉਸੇ ਤਰ੍ਹਾਂ ਦਾ ਖੌਫ ਸਰਦਾਰ ਸ਼ਾਮ ਸਿੰਘ ਟਾਰੀ ਦਾ ਵੀ ਵੇਖਿਆ ਜਾਂਦਾ ਸੀ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਸ਼ਹਿਜ਼ਾਦਾ ਖੜਕ ਸਿੰਘ ਨੂੰ ਕਿਸੇ ਮੁਹਿੰਮ 'ਤੇ ਭੇਜਦੇ ਤਾਂ ਖੜਕ ਸਿੰਘ ਦੀ ਦੇਖਭਾਲ ਦੀ ਸਾਰੀ ਜ਼ਿੰਮੇਵਾਰੀ ਸ਼ਾਮ ਸਿੰਘ ਹੋਰਾਂ ਦੇ ਕੋਲ ਹੁੰਦੀ ਬੇਸ਼ੱਕ ਉਸ ਮੁਹਿੰਮ ਵਿੱਚ ਕਈ ਹੋਰ ਯੋਧੇ ਵੀ ਨਾਲ ਹੁੰਦੇ ਸੀ ਪਰ ਮਹਾਰਾਜਾ ਰਣਜੀਤ ਸਿੰਘ ਸਰਦਾਰ ਸ਼ਾਮ ਸਿੰਘ ਟਾਰੀ ਉੱਤੇ ਖਾਸ ਭਰੋਸਾ ਕਰਦੇ ਸਨ ਜਦੋਂ ਪੇਸ਼ਾਵਰ ਅਤੇ ਮੁਲਤਾਨ ਦੀ ਮੁਹਿੰਮ ਤੋਂ ਖਾਲਸਾ ਫੌਜਾਂ ਜਿੱਤ ਦੇ ਝੰਡੇ ਗੱਡ ਕੇ ਵਾਪਸ ਆਈਆਂ ਸ਼ੇਰੇ ਪੰਜਾਬ ਨੇ ਸਰਦਾਰ ਸ਼ਾਮ ਸਿੰਘ ਨੂੰ ਗਲਣਾ ਲਾ ਲਿਆ ਅਤੇ ਕਿਹਾ ਕਿ ਉਹਨਾਂ ਨੇ ਮੁਲਤਾਨ ਤੇ ਪੇਸ਼ਾਵਰੀ ਨਹੀਂ ਜਿੱਤਿਆ ਬਲਕਿ ਸ਼ੇਰੇ ਪੰਜਾਬ ਦਾ ਦਿਲ ਵੀ ਜਿੱਤ ਲਿਆ। ਸਨ 1819 ਈਸਵੀ ਵਿੱਚ ਸਰਦਾਰ ਸ਼ਾਮ ਸਿੰਘ ạtਾਰੀ ਨੇ ਕਸ਼ਮੀਰ ਦੀ ਲੜਾਈ ਦੀ ਗਵਾਹੀ ਕਰਕੇ ਜਿੱਤ ਪ੍ਰਾਪਤ ਕੀਤੀ। 1837 ਵਿੱਚ ਜਦੋਂ ਸਰਦਾਰ ਹਰੀ ਸਿੰਘ ਨਲੂਆ ਜਮਰੋਦ ਵਿਖੇ ਸ਼ਹੀਦ ਹੋਏ ਤਾਂ ਸਰਦਾਰ ਸ਼ਾਮ ਸਿੰਘ ạtਾਰੀ ਨੂੰ ਸਦਮਾ ਵੀ ਲੱਗਾ ਅਤੇ ਬਹੁਤ ਸਾਰੀਆਂ ਅਹਿਮ ਜ਼ਿੰਮੇਵਾਰੀਆਂ ਉਹਨਾਂ ਦੇ ਮੋਢਿਆਂ 'ਤੇ ਆ ਪਈਆਂ ਅਤੇ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇੱਕ ਬਹੁਤ ਹੀ ਅਹਿਮ ਅਤੇ ਪੇਚੀਦਾ ਸਮੇਂ ਦਾ ਵੀ ਉਹਨਾਂ ਨੇ ਸਾਹਮਣਾ ਕੀਤਾ ਇਹ ਉਹ ਸਮਾਂ ਸੀ ਜਦੋਂ ਸਿੱਖ ਰਾਜ ਅੰਦਰ ਖਾਨਾ ਜੰਗੀ ਸ਼ੁਰੂ ਹੋ ਗਈ ਭਰਾ ਮਾਰੂ جنگ ਚੱਲ ਪਈ ਅਤੇ ਸਰਦਾਰ ਸ਼ਾਮ ਸਿੰਘ ਨੂੰ ਵੀ ਲਾਹੌਰ ਛੱਡ ਕੇ ਅਟਾਰੀ ਆਉਣਾ ਪਿਆ ਇਸ ਤੋਂ ਬਾਅਦ ਡੋਗਰਿਆਂ ਦੀਆਂ ਆਪ ਖੁਦਰੀਆਂ ਚਾਲਾਂ ਅਤੇ ਭਰਾ ਮਾਰੂ جنگ ਨੇ ਹਾਲਾਤ ਹੋਰ ਬੱਤਰ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਜਰਨੈਲ ਡੋਗਰੇ ਭਰਾਵਾਂ ਦੀਆਂ ਚਾਲਾਂ ਵਿੱਚ ਵੀ ਫਸਦੇ ਗਏ। ਕਿਉਂਕਿ ਡੋਗਰੇ ਖੁਦ ਲਾਹੌਰ ਤਖਤ ਦੇ ਮਾਲਕ ਬਣਨਾ ਚਾਹੁੰਦੇ ਸੀ। ਅੰਗਰੇਜ਼ੀ ਹਕੂਮਤ ਨੇ ਖਾਲਸਾ ਸਰਕਾਰ ਵਿੱਚ ਪਈ ਖਾਨਾ ਜੰਗੀ ਦਾ ਫਾਇਦਾ ਉਠਾਇਆ ਅਤੇ ਸਤਲੁਜ ਉੱਤੇ ਫੌਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਅੰਗਰੇਜ਼ਾਂ ਵੱਲੋਂ ਤੀਜਾ ਸਿੰਘ ਰਾਹੀਂ ਸਿੱਖ ਫੌਜਾਂ ਨੂੰ 扑ਕਾਇਆ ਵੀ ਗਿਆ ਪਰ ਰਾਣੀ ਜਿੰਦਾ ਅਤੇ ਸ਼ਾਮ ਸਿੰਘ ਅਟਾਰੀ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਨ ਦੀ ਸਲਾਹ ਦਿੱਤੀ ਜਦ ਕਿ ਡੋਗਰੇ ਭਰਾ ਲੜਾਈ ਕਰਨਾ ਚਾਹੁੰਦੇ ਸੀ ਰਾਣੀ ਜਿੰਦਾ ਤੇ ਸ਼ਾਮ ਸਿੰਘ ਅਟਾਰੀ ਦੀਆਂ ਸਲਾਹਾਂ ਨੂੰ ਦਰਕਨਾਰ ਕਰਦਿਆਂ ਲਾਲ ਸਿੰਘ ਤੇ ਤੀਜਾ ਸਿੰਘ ਨੇ ਸਿੱਖ ਫੌਜ ਸਤਲੁਜ ਦਰਿਆ ਉੱਤੇ ਇਕੱਠੀ ਕੀਤੀ ਲੜਾਈ ਸ਼ੁਰੂ ਹੁੰਦਿਆਂ ਹੀ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਉਹਨਾਂ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਮੈਦਾਨੇ ਜੰਗ ਤਲਵਾਰਾਂ ਨਾਲ ਚਮਕ ਉੱਠਿਆ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਮੈਦਾਨ ਵਿੱਚ ਫੌਜਾਂ ਨੂੰ ਹਰ ਮੁਹਾਜ਼ ਉੱਤੇ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆਏ ਅੰਗਰੇਜ਼ਾਂ ਨੂੰ ਹਰ ਇੱਕ ਮੁਹਾਜ਼ ਉੱਤੇ ਹਾਰ ਹੀ ਹਾਰ ਪੱਲੇ ਪੈ ਰਹੀ ਸੀ ਸਰਦਾਰ ਸ਼ਾਮ ਸਿੰਘ ਟਾਰੀ ਅੰਗਰੇਜ਼ਾਂ ਦਾ ਭਾਰੀ ਜਾਨੀ ਨੁਕਸਾਨ ਕਰਦੇ ਹੋਏ ਲਗਾਤਾਰ ਅੱਗੇ ਵਧਦੇ ਗਏ ਅਤੇ ਅੰਗਰੇਜ਼ਾਂ ਦੇ ਜਨਰਲ ਸਰ ਰੌਬਰਟ ਡਿਕ ਦੇ ਬਿਲਕੁਲ ਨਜ਼ਦੀਕ ਜਾ ਕੇ ਉਹਨਾਂ ਹੱਥੋਂ-ਹੱਥੀ ਲੜਾਈ ਲੜੀ ਅਤੇ ਰੌਬਰਟ ਡਿਕ ਸਰਦਾਰ ਸ਼ਾਮ ਸਿੰਘ ạtਾਰੀ ਹੱਥੋਂ ਹੀ ਮਾਰਿਆ ਗਿਆ। ਉਸ ਸਮੇਂ ਅੰਗਰੇਜ਼ੀ ਫੌਜਾਂ ਵਿੱਚ دہشت ਵਰਗਾ ਮਾਹੌਲ ਬਣ ਗਿਆ ਸੀ ਕਿਉਂਕਿ ਸਰਦਾਰ ਸ਼ਾਮ ਸਿੰਘ ạtਾਰੀ ਨੇ ਉਹਨਾਂ ਦੇ ਵੱਡੇ ਜਰਨੈਲ ਨੂੰ ਖੁਦ ਆਪਣੇ ਹੱਥੀ ਢੇਰ ਕੀਤਾ ਸੀ। ਇਸ ਤੋਂ ਬਾਅਦ ਅੰਗਰੇਜ਼ੀ ਫੌਜਾਂ ਨੇ ạtਾਰੀ ਵਾਲੇ ਸਰਦਾਰ ਨੂੰ ਚਾਰੇ ਪਾਸਿਓਂ ਘੇਰ ਕੇ ਉਹਨਾਂ ਦਾ ਸਰੀਰ ਗੋਲੀਆਂ ਨਾਲ ਛਲਣੀ ਛਲਣੀ ਕਰ ਦਿੱਤਾ ਅਤੇ ਇਸ ਇੱਕ ਯੋਧੇ ਦਾ ਮੁਕਾਬਲਾ ਕਰਨ ਲਈ ਅੰਗਰੇਜ਼ਾਂ ਨੂੰ ਇੰਨੇ ਵੱਡੇ ਪੱਧਰ ਉਤੇ ਇਕੱਠੇ ਹੋਣਾ ਪਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਦ ਤੱਕ ਸਰਦਾਰ ਸ਼ਾਮ ਸਿੰਘ ਅਟਾਰੀ ਉਹਨਾਂ ਦੇ ਮੂਹਰੇ ਖੜ੍ਹਾ ਹੈ ਅੰਗਰੇਜ਼ ਇੱਕ ਕਦਮ ਦੀ ਅੱਗੇ ਨਹੀਂ ਸੀ ਵੱਧ ਸਕਦੇ ਇਸ ਤਰ੍ਹਾਂ ਇਸ ਮਾਹੌਲ ਵਿੱਚ ਇੱਕ ਉਸ جنگ ਵਿੱਚ ਜਿਸ ਨੂੰ ਲੜਨ ਦੀ ਉਹਨਾਂ ਨੇ ਸਲਾਹ ਨਹੀਂ ਸੀ ਦਿੱਤੀ ਪਰ ਫਿਰ ਵੀ ਆਪਣੀ ਕੌਮ ਦੀ ਖਾਤਰ ਖਾਲਸਾ ਸਰਕਾਰ ਦੀ ਖਾਤਰ ਖਾਲਸਾ ਫੌਜ ਦੀ ਖਾਤਰ ਉਹ ਜੰਗ ਦੇ ਮੈਦਾਨ ਵਿੱਚ ਉਤਰੇ ਅਤੇ ਇਸੇ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ 10 ਫਰਵਰੀ 1846 ਨੂੰ ਉਹ ਸ਼ਹਾਦਤ ਦਾ ਜਾਮ ਪੀ ਗਏ ਅਤੇ ਉਹਨਾਂ ਦੀ ਅਹਿਮੀਅਤ ਦਾ ਇਥੋਂ ਵੀ ਪਤਾ ਲੱਗਦਾ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਸਿੱਖ ਰਾਜ ਦਾ ਆਖਰੀ ਸੂਰਜ ਵੀ ਛੇਤੀ ਹੀ ਅਸਤ ਹੋ ਗਿਆ ਅਤੇ ਦੇਸ਼ ਵਿੱਚ ਬ੍ਰਿਟਾਨਵੀ ਹਕੂਮਤ ਦਾ ਰਾਹ ਵੀ ਇਸ ਤੋਂ ਬਾਅਦ ਪਧਰਾ ਹੁੰਦਾ ਗਿਆ